ਰਾਜਧਾਨੀ ਦਿੱਲੀ ਤੋਂ ਦਿਲ ਨੂੰ ਦਹਿਲਾਉਣ ਦੇਣ ਵਾਲੀ ਖਬਰ ਆ ਰਹੀ ਹੈ। ਸਕੂਟਰੀ ਤੇ ਕਾਰ ਦੇ ਦਰਮਿਆਨ ਟੱਕਰ ਹੋਈ ਹੈ ਤੇ ਸਕੂਟੀ ਵਿੱਚ ਟੱਕਰ ਮਾਰਨ ਤੋਂ ਬਾਅਦ ਕਾਰ ਨੇ 5 ਕਿਲੋਮੀਟਰ ਤੱਕ ਕੰਮ ਕੀਤਾ ਹੈ। ਸੁੱਕ ਸੀਟੇ ਜਾਣ ਤੋਂ ਬਾਅਦ ਲੜਕੀ ਦੀ ਮੌਤ ਹੋ ਚੁੱਕੀ ਹੈ। ਪੁਲਿਸ ਨੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ। ਵਿਆਹ ਸਮਾਗਮ ਦੇ ਵਿੱਚ ਲੜਕੀ ਕੰਮ ਕਰਦੀ ਸੀ ਜਿਸ ਦੀ ਸਕੂਟਰੀ ਦੀ ਗੱਡੀ ਨਾਲ ਟੱਕਰ ਹੋਈ ਤਾਂ ਕਾਰ 5 ਕਿਲੋਮੀਟਰ ਤੱਕ ਇਸ ਲੜਕੀ ਨੂੰ ਘੜੀਸਦੀ ਰਹੀ ਤਾਂ ਜਿਸ ਕਰਕੇ ਇਸ ਲੜਕੀ ਦੀ ਮੌਤ ਹੋ ਚੁੱਕੀ ਹੈ। ਸੋ ਹਿੱਟ ਐਂਡ ਰਨ ਦਾ ਮਾਮਲਾ ਹੈ ਕਿ ਕਿਵੇਂ ਇਸ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਮਾਰੇ ਇਨਵੈਸਟੀਗੇਸ਼ਨ ਕੇ ਮੁਤਾਬਿਕ ਇਹ ਇੱਕ ਫੈਟਲ ਐਕਸੀਡੈਂਟ ਹੈ ਜਿਸਮੇਂ ਇੱਕ ਬਲੇਨੋ ਕਾਰ ਕਾ ਸਕੂਟੀ ਕੇ ਸਾਥ ਐਕਸੀਡੈਂਟ ਹੁਆ ਥਾ। ਸਕੂਟੀ ਵਿਕਟਿਮ ਚਲਾ ਰਹੀ ਥੀ। ਬਲੇਨੋ ਕਾਰ ਮੇਂ 5 ਲੋਕ ਬੈਠੇ ਹੋਏ ਥੇ। ਐਕਸੀਡੈਂਟ ਕੇ ਬਾਅਦ ਇਨੀਸ਼ਲੀ ਉਨ੍ਹੋਂਨੇ ਰਿਅਲਾਈਜ਼ ਨਹੀਂ ਕੀਆ ਕਿ ਵਿਕਟਿਮ ਜੋ ਹੈ ਉਹ ਇਸ ਕਾਰ ਕੇ ਨੀਚੇ ਆ ਗਈ ਹੈ ਔਰ ਉਹ ਡਰੈਗ ਕਰਤੇ ਰਹੇ। ਜਹਾਂ ਤੱਕ ਸਰੀਰ ਪੇ ਕੱਪੜੇ ਨਹੀਂ ਮਿਲਣੇ ਕੀ ਬਾਤ ਹੈ। ਕਾਫੀ ਛੱਤ ਵਿਛੱਤ ਸਥਿਤੀ ਮੇਂ ਲੜਕੀ ਮਿਲੀ ਹੈ ਔਰ ਕਾਫੀ ਦੂਰ ਤੱਕ ਉਗੜ ਖਾਬੜ ਰਾਸਤੇ ਪਰ ਡਰੈਗ ਕਰਨੇ ਕੀ ਵਜ੍ਹਾ ਸੇ ਇਹ ਸਥਿਤੀ ਬਣੀ ਹੈ, ਨਾ ਕਿ ਕਿਸੀ ਸੈਕਸੁਅਲ ਅਸੋਲਟ ਜਾਂ ਮਰਡਰ ਕੀ ਵਜ੍ਹਾ ਸੇ। ਹਮਨੇ ਇਨਵੈਸਟੀਗੇਸ਼ਨ ਸ਼ੁਰੂਆਤ ਕਰ ਦੀ ਹੈ। ਹਮਨੇ 5 ਲੋਕ ਜੋ ਕਾਰ ਮੇਂ ਬੈਠੇ ਥੇ ਉਨ 5ੋਂ ਕੋ ਅਪ੍ਰੀਹੈਂਡ ਕਰ ਲਿਆ ਹੈ, ਉਨਕੋ ਇੰਟਰੋਗੇਟ ਕਰ ਰਹੇ ਹੈਂ, ਉਨਕਾ ਮੈਡੀਕਲ ਐਗਜ਼ਾਮਿਨੇਸ਼ਨ ਕਰਾ ਰਹੇ ਹੈਂ ਯਹ ਫਾਈਂਡ ਆਊਟ ਕਰਨੇ ਕੇ ਲੀਏ ਕਿ ਕਿਆ ਵੋ ਉਸ ਸਮੇਂ ਨਸ਼ੇ ਕੀ ਸਥਿਤੀ ਮੇਂ ਥੇ। दिल्ली के कंझावला इलाके से एक बहुत ही दिल दहलाने वाली घटना सामने आई है। बताया जा रहा है कि कल रात एक लड़की स्कूटी पे जा रही थी और उस लड़की की स्कूटी को ठोकर मारी एक गाड़ी ने जिसमें 5 लोग नशे में धुत सवार थे। लड़की को चोट लगी, लड़की गिर गई और ये गाड़ी उस लड़की को घसीटते हुए कई किलोमीटर तक लेकर गई जिस वजह से लड़की की मौत हो गई है। लड़की का नग्न शरीर पाया गया है दिल्ली की सड़कों पर। ये बहुत ही ज्यादा डराने वाली घटना है और हमने समन्स इशू करे हैं दिल्ली पुलिस को, क्योंकि सबसे पहले तो वो ये हमें आकर एक्सप्लेन करें कि क्या हुआ और लड़की को इंसाफ कैसे दिलाया जाएगा। दूसरी बात मैं ये जानना चाहती हूँ कि न्यू ईयर्स ईव पर दिल्ली पुलिस की दिल्ली में क्या सुरक्षा व्यवस्था है कि लड़की को इतने किलोमीटर तक घसीट कर लेकर जाया जाता है और कोई चेक पोस्ट नहीं है। वो लोग दारू पी के गाड़ी चला कैसे रहे थे, उनके ऊपर कोई एक्शन नहीं हुआ? क्या दिल्ली पुलिस की कोई सुरक्षा व्यवस्था नहीं थी कल रात दिल्ली में? ये बहुत 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 डराने वाली बात है। दिल्ली महिला आयोग ने समन्स इश्यू करे हैं दिल्ली पुलिस को और मैं चाहती हूँ कि एक्शन हो।